ਕਵੇਤ ਪਹਾੜ ਦੇ ਜਾਨਵਰ ਹਾਂ, ਲੋਕ ਕਹਿੰਦੇ ਆ ਨਕਲੀ ਸਿੰਘ, ਨਕਲੀ ਸਿੰਘ ਨਹੀਂ, ਇਹ ਬਲੋਚਿਸਤਾਨ ਦੇ ਜਾਨਵਰ ਆ। ਬਲੋਚੀ ਲੋਕ ਇਹਨਾਂ ਨੂੰ ਮਾਰਖੋਰ ਜਾਨਵਰ ਕਹਿੰਦੇ, ਜਿਹੜੇ ਬੰਦਿਆਂ ਨੂੰ ਮਾਰਦੇ ਆ। ਪੁੱਤਰ ਅੱਲਾਹ ਤਾਲਾ ਦਾ ਜ਼ਿਕਰ ਕਰਨਾ, ਰੱਬ ਦੇ ਜ਼ਿਕਰ 'ਚ ਝੂਠ ਨਹੀਂ ਬੋਲਣਾ। ਇਹ ਪੂਰੀ ਕਾਇਨਾਤ ਖੁਦਾ ਦੀ ਕਿਹਦੇ ਨਾਮ ਦਾ ਖਾਰੀ ਬੇਜ਼ਬਾਨ? ਜਾਨਵਰ ਔਰ ਪਰਿੰਦੇ ਔਰ ਇਨਸਾਨ ਜ਼ਿੰਦਾ ਦਾ। ਜਿਹੜਾ ਇਨਸਾਨ ਅੱਲਾਹ ਤਾਲਾ ਨੂੰ ਮੰਨਦਾ, ਅੱਲਾਹ ਤਾਲਾ ਦੇ ਰਾਹ 'ਤੇ ਦਿੰਦਾ, ਕਿਹੜੇ ਹੱਥ ਨਾਲ? ਸੱਜੇ ਹੱਥ ਨਾਲ। ਆ ਬੱਕਰੇ ਰੱਬ ਤਾਲਾ ਦੇ ਮੰਨਣੇ, ਅੱਲਾਹ ਰੱਬ ਤਾਲਾ ਕੇ ਸਜਦਾ ਵੀ ਕਰਦਾ ਆ। ਖਾਨਾ ਕਾਬਾ ਕਿੱਦਾਂ ਰਾ? ਕਿਸ ਤਰ੍ਹਾਂ ਰਹਿੰਦੇ ਹੈ? ਤੁਹਾਨੂੰ ਕਿਸ ਤਰ੍ਹਾਂ ਕੀ ਕਹਿੰਦਾ ਸਜਦਾ ਵਹਾ? ਸੁਬਹਾਨ ਅੱਲਾਹ। ਪੁੱਤਰ ਤੂੰ ਰੱਬ ਦਾ ਸਜਦਾ ਵਿਖਾਇਆ, ਸੋਹਣੇ ਦੇ ਪਿਆਰੇ ਲੋਕ, ਆਕਾ ਦੇ ਗੁਲਾਮ ਲੋਕ, ਉਰੇ ਆ। ਜਿਵੇਂ ਰੱਬ ਦਾ ਸਜਦਾ ਕੀਤਾ ਹੀ, ਐਵੇਂ ਅੱਜ ਸਰਕਸ ਕਰ ਰਹੇ ਬਾਦਸ਼ਾਹ ਲੋਕ ਨੇ। ਇਹਨਾਂ ਦੇ ਮੈਂ ਕੰਮੀ ਦੇ ਕੋਲ ਚਲਾ ਜਾਵਾਂ ਨਾ, ਮੈਨੂੰ ਉਹ ਰਾਜ਼ੀ ਕਰ ਦਿੰਦਾ, ਤਾਂ ਫਿਰ ਭਾਗ ਵਾਲੇ ਬੰਦੇ ਆ। ਚੱਲ ਆ ਪੁੱਤਰ, ਆਪਣੀ ਜਾਨ ਦਾ ਕਰ ਵਜ਼ਨ, ਜਾਨ ਦਾ ਕਰ ਤੋਲ, ਜੈਸੇ ਸਖੀ ਦਾ ਬੱਚਾ ਤਰਾਜ਼ੂ ਤੋਲਦਾ। ਨਾ ਕਰੋ ਬੰਦਿਆ ਮੇਰੀ ਮੇਰੀ, ਇੱਕ ਦਿਨ ਫਾਨੀ ਦੁਨੀਆ ਛੱਡ ਜਾਣੀ ਅਤੇ ਬਣ ਜਾਣੀ ਉਹ ਮਿੱਟੀ ਦੀ ਢੇਰੀ। ਇਹ ਦੁਨੀਆਦਾਰੀ ਦਾ ਮਾਲ ਇੱਥੇ ਰਹਿ ਜਾਣਾ, ਇੱਕ ਦਿਨ ਹੋਣਾ ਪੁੱਤਰ ਮਿੱਟੀ 'ਚ ਬੰਦੇ ਨੇ ਮਿੱਟੀ ਹੋ ਜਾਣਾ। ਚੱਲ ਕਸਬੀ ਪੁੱਤਰ ਕਸਬ ਕਰਦਾ, ਸਖੀ ਬੰਦਾ ਸਖੀ ਬੰਦਾ ਫਨ ਦੀ ਕਦਰ ਕਰਦਾ ਹੈ। ਇਹ ਭਾਗ ਵਾਲੇ ਜੀ ਆ, ਤੇਰੇ ਫਨ ਦੀ ਕਦਰ ਹੋਏਗੀ। ਚੱਲ ਚੱਲ ਆਸਤੇ ਆਸਤੇ ਦੇਖੋ ਬੱਕਰਾ, ਉਹ ਕੋ ਪਾਗਲ ਤਾਂ ਨਹੀਂ ਅੱਜ ਹੋ ਗਿਆ? ਤੈਨੂੰ ਕੁੱਤਾ ਕੀ ਕਹਿਣ ਡਿਆ? ਹੈ ਕੁੱਤੇ ਲਈ ਖਿਆਲ ਕਰਨ ਡਿਆ? ਤੇਰਾ ਦਿਮਾਗ ਸਹੀ? ਕੀ ਕਹਿਣ ਡਿਆ ਕੁੱਤਾ ਤੈਨੂੰ? ਇਹਨੂੰ ਹੈ ਵੀ ਇਹ ਬੱਕਰੇ ਨੂੰ ਛੇ ਜਾਣਾ ਤਾਂ ਤੂੰ ਹੈ ਵੀ ਉੱਤੇ ਤੋਂ ਡਰਦਾ ਰਹੇਗਾ, ਤੂੰ ਜਾਣਾ ਨਹੀਂ ਉੱਤੇ। ਛੇ ਬੱਕਰਾ ਵੇਹ ਜ਼ਿੰਦਾ, ਹੋਰ ਉੱਚਾ ਚਾਲ ਬੇਜ਼ੁਬਾਨ। ਛੇ ਐ ਆਪਣੀ ਜਾਨ ਦਾ ਵਜ਼ਨ ਕਰ, ਐ ਜਾਨ ਦਾ ਤੋਲ ਕਰ, ਦੋ ਮਿੰਟ ਲਈ ਪਾਗਲ ਮੇਰੇ ਲਈ ਖਿਆਲ ਕਰ। ਉੱਧਰ ਕੁੱਤੇ ਦਾ ਨਾ ਵੇ, ਉੱਧਰ ਮਿਲ ਕੇ ਲੱਗੇ ਕਰ, ਮੈਂ ਵੀ ਜਾ ਰਿਹਾ। ਜ਼ਿੰਦਾ ਜਾ, ਜ਼ਿੰਦਾ ਜਾ। ਆਫਰੀਨ ਪੁੱਤਰ ਤੇਰੇ ਕਹਿਣੇ ਮੰਨੇ ਦੇ, ਆਫਰੀਨ ਬੇਜ਼ਬਾਨ। ਇਹ ਮੇਰੇ ਬਾਦਸ਼ਾਹ ਲੋਕ ਨੇ, ਜਿਵੇਂ ਮਾਂ ਪਿਓ ਸਖੀ ਨੇ, ਔਲਾਦਾਂ ਵੀ ਸਖੀ ਆਉਂਦੀਆਂ ਨੇ, ਅਤੇ ਸਖੀਆਂ ਦੇ ਬੱਚੇ ਨੇ। ਤੁਹਾਨੂੰ ਅਸੀਂ ਵੱਡਾ ਸਾਰਾ ਇਨਾਮ ਕਰਾਉਣਗੇ,
ਅੱਲਾ ਤੇ ਅੱਲਾ ਦੇ ਪਾਕ ਹਜ਼ੂਰ ਦਾ ਬੜਾ ਦਿੱਤਾ ਦੁਆਈ ਆ ਰਹੀਆਂ ਨੇ।